ਸਾਡੇ ਕੋਲ ਸੁਰਜੀਤ ਕਲਸੀ ਜੀ ਮੈਡਮ ਬੈਠੇ ਨੇ ਉਹ ਵੀ ਲਿਟਰੇਰੀ ਨੇ ਕਵਿਤਾਵਾਂ ਲਿਖਦੇ ਨੇ ਉਹਨਾਂ ਨੇ ਬੁੱਕਸ ਵੀ ਲਿਖੀਆਂ ਔਰ ਸਮੇਂ ਸਿਰ ਸਾਡੇ ਨਾਲ ਹਮੇਸ਼ਾ ਸਹਿਯੋਗ ਦਿੰਦੇ ਨੇ ਉਹ ਵੀ ਇੱਕ ਦੋ ਸਵਾਲ ਕਰਨੇ ਚਾਹੁੰਦੇ ਨੇ ਸੋ ਮੈਂ ਬੇਨਤੀ ਕਰਾਂਗਾ ਸੁਰਜੀਤ ਕਲਸੀ ਜੀ ਮੈਡਮ ਆਓ ਅਤੇ ਆਪਣਾ ਸਵਾਲ ਕਰੋ ਮੇਰਾ ਕੋਈ ਪ੍ਰੋਫੈਸਰ ਸਾਹਿਬ ਪਹਿਲਾਂ ਨਮਸਕਾਰ ਜੀ ਤੁਹਾਨੂੰ ਮੇਰਾ ਕੋਈ ਸਵਾਲ ਨਹੀਂ ਹੈਗਾ ਮੈਂ ਸਿਰਫ ਇੱਕ ਜਿਹੜਾ ਨੋਟ ਕੀਤਾ ਪ੍ਰੋਸੈਸ ਉਹਦੇ ਬਾਰੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੀ ਹਾਂ ਤੁਸੀਂ ਸਾਰੇ ਹੀ ਬਹੁਤ ਚੇਤਨ ਲੋਕ ਹੋ ਔਰ ਬਹੁਤ ਸਮਾਜ 'ਚ ਬਰਾਬਰੀ ਦੀ ਗੱਲ ਕਰ ਰਹੇ ਹੋ ਇਸ ਵਕਤ ਔਰ ਜਿਹੜੀ ਗੱਲ ਮੈਂ ਨੋਟਿਸ ਕੀਤੀ ਹੈ ਕਿ ਬਾਵਜੂਦ ਇਸ ਦੇ ਕਿ ਇੱਥੇ ਥੋੜ੍ਹੀਆਂ ਆਪਣੀਆਂ ਬੀਬੀਆਂ ਭੈਣਾਂ ਵੀ ਆਈਆਂ ਹੋਈਆਂ ਨੇ ਮਾਣ ਤਾਨ ਹੋਇਆ ਆਪਣੇ ਤੁਹਾਡਾ ਇੱਕ ਬੀਬੀ ਵੀ ਇੱਥੇ ਬੁਲਾ ਲੈਣੀ ਸੀ ਬੈਲੈਂਸ ਹੋ ਜਾਂਦਾ ਥੋੜ੍ਹਾ ਜਿਹਾ ਕਿਉਂਕਿ ਚੇਂਜ ਹੈ ਜਿਹੜੀ ਮੈਂ ਡਰਦਿਆਂ ਡਰਦਿਆਂ ਕਹਿ ਰਹੀ ਹਾਂ ਜਿਹੜੀ ਚੇਂਜ ਹੈ ਚੇਂਜ ਨਾ ਅੱਧਾ ਨਹੀਂ ਅਸੀਂ ਪੂਰਾ ਲੈਣਾ ਆ ਚੇਂਜ ਹੈ ਜਿਹੜੀ ਉਹ ਕੱਲ੍ਹ ਨਹੀਂ ਆਉਣੀ ਪਰਸੋਂ ਨਹੀਂ ਆਉਣੀ ਚੇਂਜ ਹੁਣੇ ਆਉਣੀ ਆ ਜੇ ਅਸੀਂ ਚੇਂਜ ਲਿਆਉਣਾ ਚਾਹੁੰਦੇ ਹਾਂ ਇਹ ਹੁਣੇ ਸ਼ੁਰੂ ਹੁੰਦੀ ਹੈ ਚੇਂਜ ਇਸੇ ਵਕਤ ਉਹ ਸਾਨੂੰ ਨਹੀਂ ਸਮਝ ਆ ਰਹੀ ਕਿੱਥੋਂ ਸ਼ੁਰੂ ਕਰਨੀ ਹੈ ਅਸੀਂ ਵਕਤ ਪਾ ਦਿੰਦੇ ਹਾਂ ਕਿ ਬੜੇ ਸਾਲ ਲੱਗਣੇ ਹਜੇ ਚੇਂਜ ਆਉਣ ਦੇ ਵਿੱਚ ਚੇਂਜ ਆਉਣ ਨੂੰ ਸਾਲ ਨਹੀਂ ਲੱਗਣੇ ਚੇਂਜ ਅਸੀਂ ਹੁਣੇ ਹੀ ਲਿਆਉਣਾ ਚਾਹੁੰਦੇ ਹਾਂ ਔਰ ਹੁਣੇ ਆ ਜਾਣੀ ਮੈਂ ਇੱਥੇ ਆ ਗਈ ਹਾਂ ਨਾ ਇਹ ਚੇਂਜ ਹੈ ਸੋ ਚੇਂਜ ਜਿਹੜੀ ਹੈ ਉਹ ਕੋਈ ਮਤਲਬ ਤਸੱਵਰ ਨਹੀਂ ਗਾ ਨਾ ਆਈਡੀਆ ਹੈ ਕੋਈ ਉਹ ਪ੍ਰੈਕਟੀਕਲ ਹੈ ਪ੍ਰੈਕਟੀਕਲ ਐਪਲੀਕੇਸ਼ਨ ਹੈ ਉਹ ਸਾਨੂੰ ਪਤਾ ਨਹੀਂ ਕਿੱਦਾਂ ਆਪਾਂ ਨੂੰ ਅਪਲਾਈ ਕਰਨਾ ਹੈ ਸੋ ਇੰਨਾ ਕੁ ਜਿੰਨੀ ਚੇਂਜ ਵੀ ਜਿਹੜੀ ਹੈ ਉਹ ਅਸੀਂ ਉਸ ਵਕਤ ਜਿਹੜੀ ਹੈ ਲਿਆ ਸਕਦੇ ਹਾਂ ਜੇ ਲੈਣਾ ਚਾਹੀਏ ਤਾਂ ਫਾਜ਼ੀਆ ਰਫੀਕ ਦੀ ਕਿਤਾਬ ਰਿਲੀਜ਼ ਹੋਈ ਹੈ ਔਰ ਫਾਜ਼ੀਆ ਰਫੀਕ ਹਾਜ਼ਰ ਹੈ ਇੱਥੇ ਮੈਂ ਕਹਾਂਗੀ ਇੱਥੇ ਆ ਕੇ ਦਰਸ਼ਨ ਦੇਵੇ ਸਾਰਿਆਂ ਨੂੰ ਉਹਦਾ ਨਾਵਲ ਹੈ ਬੜੀ ਵਧੀਆ ਨਾਵਲ ਆਇਆ ਇੱਥੇ ਆਵੇ ਫਾਜ਼ੀਆ ਪਲੀਜ਼ ਉਹਨਾਂ ਦੇ ਨਾਵਲ ਦੀ ਗੱਲ ਹੋਈ ਮੇਰੇ ਆਉਣ ਤੋਂ ਪਹਿਲਾਂ ਹੋ ਚੁੱਕੀ ਹੈ ਪਰ ਉਹਨੂੰ ਬੁਲਾਇਆ ਨਹੀਂ ਇੱਥੇ ਕਿਸੇ ਨੇ ਇੱਥੇ ਆਓ ਜੀ ਇੱਥੇ ਨਾਵਲ ਦੇ ਉੱਤੇ 10 ਸਾਲ ਲੱਗੇ ਨੇ ਉਹਨੇ ਲਾਏ ਨੇ ਮੈਂ ਇਹਦਾ ਇੱਕ ਇੱਕ ਅੱਖਰ ਨਾਵਲ ਪੜ੍ਹਿਆ ਉਰਦੂ ਤੋਂ ਅਸੀਂ ਸ਼ਾਹਮੁਖੀ ਤੋਂ ਪੰਜਾਬੀ 'ਚ ਕੀਤਾ ਤਾਂ ਕਿ ਉਹ ਪੰਜਾਬੀ ਵਿੱਚ ਵੀ ਅੰਗਰੇਜ਼ੀ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਮੁਹੱਈਆ ਹੋਵੇ ਉਹ ਔਰਤ ਦੀ ਕਹਾਣੀ ਆ ਔਰਤ ਜਿਹੜੀ ਆ ਉਹਦੀ ਦਲਿਤ ਨਾਲੋਂ ਕਿਸੇ ਤਰੀਕੇ ਚੰਗੀ ਨਹੀਂ ਉਹ ਇਸ ਵਕਤ ਦਲਿਤ ਕਹਿ ਲਓ ਔਰਤ ਕਹਿ ਲਓ ਕਿਉਂਕਿ ਉਹ ਸਿਚੁਏਸ਼ਨ ਸੇਮ ਚੱਲ ਰਹੀ ਹੈ ਔਰ ਅਸੀਂ ਉਸ ਨੂੰ ਪੋਲੀਟੀਸਾਈਜ਼ ਕਰਕੇ ਅਤੇ ਦਲਿਤ ਕਹਿੰਦੇ ਹਾਂ ਪਰ ਜਿੰਨੀ ਦੇਰ ਤੱਕ ਤੁਸੀਂ ਚਾਰ ਪ੍ਰੋਫੈਸਰ ਸਾਹਿਬ ਨੇ ਚਾਰ ਵਰਗ ਜਿਹੜੇ ਸੀ ਗਿਣੇ ਸੀ ਉਹਦੇ ਵਿੱਚ ਔਰਤ ਵੀ ਸੀ ਦਲਿਤ ਵੀ ਸੀ ਕਿਉਂਕਿ ਜੇ ਉਹਦੇ 'ਚ ਚੇਂਜ ਨਹੀਂ ਅਸੀਂ ਲਿਆਉਂਦੇ ਤਾਂ ਚੇਂਜ ਜਿਹੜੀ ਆ ਆ ਹੀ ਨਹੀਂ ਰਹੀ ਚੇਂਜ ਛੋਟੀਆਂ ਛੋਟੀਆਂ ਗੱਲਾਂ ਨਾਲ ਆ ਜਾਣੀਆਂ ਆ ਚੇਂਜ ਹੈ ਅਸੀਂ ਨਾਵਲ ਬਾਰੇ ਵੀ ਦੱਸਦੇ ਨੇ ਇਸ ਤੋਂ ਬਾਅਦ ਅੱਜ ਕੱਲ੍ਹ ਕਿਤਾਬ ਰਿਲੀਜ਼ ਹੋਈ ਹੈ ਹਾਰਟਸ ਕਲਰਸ ਆਫ ਮਾਈ ਹਾਰਟ ਮੇਰੀ ਓ ਹੋਈ ਹੈ ਮੈਂ ਗੁਰਪ੍ਰੀਤ ਨੂੰ ਵੀ ਇਹਦੇ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਮੈਂ ਪ੍ਰੋਫੈਸਰ ਸਾਹਿਬ ਨੇ ਕਿਤਾਬ ਪੇਂਟ ਕਰਨਾ ਚਾਹਾਂਗੀ ਅਸੀਂ ਥੋੜ੍ਹੀ ਚੇਂਜ ਲਿਆਉਂਦੀ ਹੈ ਥੋੜ੍ਹਾ ਥੋੜ੍ਹੀ ਇੰਟਰਸਟਿੰਗ ਬਣਾ ਦਿੱਤੀ ਤੁਹਾਡੀ ਮੀਟਿੰਗ ਪੋਲੀਟੀਕਲ ਤੋਂ ਬਾਹਰ ਕੱਢ ਦਿੱਤੀ ਮੇਰੇ ਵੱਲੋਂ ਬਹੁਤ ਮੁਬਾਰਕ ਸੁਰਜੀਤ ਕਲਸੀ ਜੀ ਨੂੰ ਨਵੀਂ ਕਿਤਾਬ ਦੀ ਮੈਂ ਉੱਥੇ ਪਟਿਆਲੇ ਤੁਹਾਨੂੰ ਮਿਲੀ ਸਾਂ ਹਾਂਜੀ ਮੈਨੂੰ ਪਤਾ ਉਦੋਂ ਨਵਤੇਜ ਭਾਰਤੀ ਹੁਣਾਂ ਨੂੰ ਇਨਾਮ ਮਿਲ ਰਿਹਾ ਸੀ ਹਾਂਜੀ ਹਾਂਜੀ ਤੁਸੀਂ ਮੇਰਾ ਨਾਮ ਰਿਕਮੈਂਡ ਕੀਤਾ ਸੀ ਕਿ ਉਹਦੀ ਭਰਜਾਈ ਆਈ ਹੋਈ ਆ ਉਹਨੇ ਨਾਮ ਦਿੱਤਾ ਜਾਵੇ ਹਾਂਜੀ ਪਰ ਕਿਉਂਕਿ ਸਮਾਜ ਬਦਲਿਆ ਨਹੀਂ ਉਹਨਾਂ ਨੇ ਕਿਹਾ ਨਹੀਂ ਜੀ ਉਹਦੀ ਭਰਜਾਈ ਨੂੰ ਨਾਮ ਨਹੀਂ ਦੇਣਾ ਬੜੀ ਵੈਸੇ ਦਿਲਚਸਪ ਸੋ ਸਮਾਜ 'ਚ ਚੇਂਜ ਨਹੀਂ ਆਈ ਕਰਕੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਤੇ ਸੁਰਜੀਤ ਹੋਰਾਂ ਨੇ ਇੱਕ ਬੜੇ ਦਿਲਚਸਪ ਉਦਾਹਰਨ ਦਿੱਤੀ ਹੈ ਫੈਕਟ ਹੈ ਇਟ ਇਜ਼ ਅ ਫੈਕਟ ਇਹ ਨਵਤੇਜ ਭਾਰਤੀ ਹੋਰਾਂ ਨੂੰ ਭਾਸ਼ਾ ਭਾਗ ਦਾ ਨਾਮ ਸੀ ਹਾਂਜੀ ਹਾਂਜੀ ਭਾਸ਼ਾ ਭਾਗ ਦਾ ਵਿਦੇਸ਼ੀ ਸਾਹਿਤਕਾਰ ਦਾ 1 ਸਾਲ ਦਾ ਨਾਮ ਮਿਲਿਆ ਅੱਛਾ ਇਹ ਦੋਵੇਂ ਪਰਿਵਾਰ ਮਤਲਬ ਇੱਕ ਪਰਿਵਾਰ ਸਮਝੋ ਨਵਤੇਜ ਮੇਰ ਇਹ ਸਾਰੇ ਬਹੁਤ ਨਿੱਘੇ ਦੋਸਤ ਨੇ
ਨਹੀਂ ਅਸੀਂ ਰਿਸ਼ਤੇਦਾਰ ਹਾਂ, ਨਵਰੋਜ ਵੀ ਰਿਸ਼ਤੇਦਾਰ ਹੈ ਸਾਡਾ। ਨਹੀਂ ਮੈਂ ਕਹ ਰਿਹਾ ਕਿ ਇਹ ਪਰਿਵਾਰ ਦੋਸਤ ਹੈ, ਨਤੇਜ ਵੀ ਅਜਮੇਰ ਵੀ ਭਰਾ ਦੇ ਤੌਰ 'ਤੇ, ਮੈਂ ਤਾਂ ਇਹ ਭਰਾਵਾਂ ਦੇ ਤੌਰ 'ਤੇ ਇੱਕ ਪਰਿਵਾਰ ਹੀ ਸਮਝਦਾ। ਨਤੇਜ ਅਤੇ ਅਜਮੇਰ ਨੂੰ ਮੈਂ ਦੋ ਪਰਿਵਾਰ ਨਹੀਂ ਕਹਿ ਰਿਹਾ, ਮੈਂ ਇੱਕ ਪਰਿਵਾਰ ਹੀ ਕਹਿ ਰਿਹਾ। ਅਤੇ ਉਹ ਨਤੇਜ ਉਹਨਾਂ ਨੇ ਆਉਣਾ ਨਹੀਂ ਸੀਗਾ, ਅਤੇ ਮੈਂ ਉਸ ਫੰਕਸ਼ਨ 'ਤੇ ਜਾਣਾ ਸੀਗਾ, ਅਤੇ ਉਹਨਾਂ ਨੇ ਕਹਿੰਦੇ ਸੀ ਵੀ ਤੂੰ ਲੈ ਲਈ ਨਾਮ, ਇਹਨਾਂ ਦਾ ਪਤਾ ਨਹੀਂ ਸੀ ਉਹਨਾਂ ਨੂੰ ਵੀ ਉਸ ਫੰਕਸ਼ਨ 'ਤੇ ਜਾਣਾ, ਅਤੇ ਉਹਨੂੰ ਐਂ ਸੀ ਕਿ ਵੀ ਤੁਸੀਂ ਲੈ ਲੈਣਾ। ਅਤੇ ਜਦੋਂ ਮੈਂ ਇਹਨਾਂ ਨੂੰ ਦੇਖਿਆ ਅਤੇ ਮੈਂ ਉਹਨਾਂ ਨੂੰ ਕਿਹਾ ਪ੍ਰਬੰਧਕਾਂ ਨੂੰ ਵੀ ਮਤਲਬ ਜਦੋਂ ਆਏ ਹੋਏ ਨੇ ਸੁਰਜੀਤ ਕਲਸੀ ਹੋਰੀ, ਉਹਨਾਂ ਨੂੰ ਸਗੇ ਭਰਜਾਈ ਨੇ, ਅਤੇ ਤੁਸੀਂ ਇਹ ਨਾਮ ਉਹਨਾਂ ਨੂੰ ਦਿਓ, ਉਹਨਾਂ ਦਾ ਹੱਕ ਬਣਦਾ। ਇਹ ਹੁਣ ਮੈਨੂੰ ਇਹ ਨਹੀਂ ਪਤਾ ਹੈ ਕਿ ਉਹਨਾਂ ਨੇ ਮਨਾ ਕੀਤਾ ਜਾਂ ਕੀ ਹੋਇਆ, ਕਿਸੇ ਨੇ ਕੀਤਾ, ਕਹਿੰਦੇ ਉਹਨੂੰ ਨਹੀਂ ਦੇਣਾ। ਲੇਕਿਨ ਇਹ ਮਤਲਬ ਉਦਾਹਰਣ ਸਹੀ ਹੈ। ਔਰ ਬੜੇ ਪੜ੍ਹੇ ਲਿਖੇ ਕੌਨਸ਼ੀਅਸ ਇੰਨੇ ਪੀਐਚਡੀ ਇੰਨੇ ਲੋਕ, ਵੱਡਾ ਸਾਰਾ ਫੰਕਸ਼ਨ ਹੋ ਰਿਹਾ, ਮੈਂ ਬੜੀ ਹੈਰਾਨ ਹੈ। ਮੈਂ ਕਿਹਾ ਇਹ ਤਾਂ ਵਾਕਈ ਤੁਹਾਡੇ ਹਿਸਾਬ ਨਾਲ ਤਾਂ ਵਾਕਈ ਕਈ ਸਦੀਆਂ ਲੱਗਣਗੀਆਂ ਚਾਹੀਦਾ। ਲੇਕਿਨ ਮੇਰਾ ਖਿਆਲ ਹੈ ਕਿ ਮੇਰੀ ਗੁਸਤਾਖੀ ਨਹੀਂ ਸੀ ਕੋਈ, ਪਰ ਮੈਂ ਨਹੀਂ, ਮੈਂ ਤੁਹਾਨੂੰ ਸ਼ੇਅਰ ਕੀਤੀ ਗੱਲ, ਆਪਣੀ ਗੱਲ ਹੋਈ ਸੀ ਉਹ ਸ਼ੇਅਰ ਕੀਤੀ।